ਮੈਂ ਤੁਹਾਡੀ ਹੋਸਟ ਨੀਮਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚਾ ਸੱਚ ਵਿੱਚ ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮਿੰਨਰ ਬੈਠੇ ਹੋਏ ਨੇ ਆਓ ਉਹਨਾਂ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਡਾਕਟਰ ਸਾਹਿਬ ਵੈਲਕਮ ਟੂ आवर ਸ਼ੋਅ ਥੈਂਕ ਯੂ ਹਾਂ ਡਾਕਟਰ ਸਾਹਿਬ ਅੱਜ 3 ਜੁਲਾਈ 2013 ਬੀ ਹਾਰਟ ਨਾਨਕਸ਼ਾਹੀ ਸੰਬੰਧ 545 ਦਾ ਦਿਨ ਹੈ ਤੇ ਹੁਣ ਅਸੀਂ ਆਪਣੇ ਪ੍ਰੋਗਰਾਮ ਦਾ سلسلہ ਸਾਡੇ ਦਰਸ਼ਕਾਂ ਵੱਲੋਂ ਆਈਆਂ ਈਮੇਲਸ ਫੋਨ ਮੈਸੇजेस ਟੈਕਸਟ ਮੈਸੇजेस ਫੇਸਬੁੱਕ ਮੈਸੇजेस ਅਤੇ ਟਵਿੱਟਰ ਮੈਸੇਜ ਦੇ ਤੇ ਸਾਡੀ ਪਹਿਲੀ ਈਮੇਲ ਨਿਊਯਾਰਕ ਤੋਂ ਵੀਰ ਬਲਜੀਤ ਸਿੰਘ ਗਿੱਲ ਜੀ ਦੀ ਹੈ ਇਹ ਲਿਖਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਸਵਾਲ ਹੈ ਮੈਂ ਬਚਪਨ ਤੋਂ ਹੀ ਵੇਖ ਰਿਹਾ ਸੀ ਕਿ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਦੁਆਰਾ ਸਾਹਿਬ ਤੋਂ ਕਿਸੇ ਅਧਿਕਾਰ ਜਾਂ ਦੂਜੀ ਥਾਂ ਤੇ ਲਿਜਾਇਆ ਜਾਂਦਾ ਸੀ ਉਸ ਵੇਲੇ ਸੰਖ ਪੂਰਿਆ ਜਾਂਦਾ ਸੀ ਪਰ ਅੱਜ ਕੱਲ੍ਹ ਘੰਟੀ ਦੀ ਵਰਤੋਂ ਕੀਤੀ ਜਾਂਦੀ ਹੈ ਐਸਾ ਕਿਉਂ ਕਿਰਪਾ ਕਰਕੇ ਸਵਾਲ ਦਾ ਜਵਾਬ ਜ਼ਰੂਰ ਦੇਣਾ ਹਾਂ ਡਾਕਟਰ ਸਾਹਿਬ ਸਬ ਤੋਂ ਪਹਿਲਾਂ ਦਵੀਰ ਬਲਜੀਤ ਸਿੰਘ ਗਿਲਜੇ ਦਾ ਬਹੁਤ ਬਹੁਤ ਧੰਨਵਾਦ ਉਹਨਾਂ ਨੇ ਸਾਨੂੰ ਲਿਖਿਆ ਸਾਡੇ ਸ਼ਹਿਰ 'ਚ ਹੀ ਰਹਿੰਦੇ ਨੇ ਜੀ ਜਿਹੜਾ ਉਹਨਾਂ ਦਾ ਸਵਾਲ ਹੈ ਸ਼ਾਇਦ ਬਹੁਤ ਸਾਰੇ ਨਵੀਂ ਜਨਰੇਸ਼ਨ ਵਾਲਿਆਂ ਨੂੰ ਪਤਾ ਨਾ ਹੋਏ ਕਿ ਵੀ ਸੰਖ ਪੂਰਨਾ ਕੀ ਹੁੰਦਾ ਹੈ ਜੀ ਜੀ ਸੰਖ ਜਿਹੜਾ ਇੱਕ ਨੇਚਰਲ ਸਮੁੰਦਰ ਚੋਂ ਨਿਕਲਣ ਵਾਲਾ ਇੱਕ ਜਿਹੜਾ ਹੈ ਇਨਸਟਰੂਮੈਂਟ ਇਹਨੂੰ ਕਹਿ ਸਕਦੇ ਆ ਕਿ ਜਿਹਦੇ 'ਚ ਇੱਕ ਪਾਸਿਓਂ ਜਦੋਂ ਬਹੁਤ ਜ਼ੋਰ ਦੀ ਉਦਾ ਵਿਚਾੜਾ ਹੋਲੋ ਹੁੰਦਾ ਹੈ ਦੇਖਣ ਨੂੰ ਵੀ ਬਹੁਤ ਸੋਹਣਾ ਹੁੰਦਾ ਐਵੇਂ ਲੱਗਦਾ ਜਿਵੇਂ ਸੰਗੇ ਮਰਮਰ ਹੋਏ ਆਮ ਤੌਰ ਤੇ ਚਿੱਟੇ ਰੰਗ ਦਾ ਹੁੰਦਾ ਜੇਵਰੀ ਵਿੱਚ ਧਾਰੀਆਂ ਵੀ ਹੁੰਦੀਆਂ ਨੇ ਜੀ ਤੇ ਉਹਦੇ ਇੱਕ ਪਾਸੇ ਬੜੀ ਜ਼ੋਰ ਦੀ ਫੂਕ ਜਦੋਂ ਮਾਰੀ ਜਾਂਦੀ ਹੈ ਤਾਂ ਉਸ ਚੋਂ ਬੜੀ ਜ਼ੋਰ ਦੀ ਆਵਾਜ਼ ਨਿਕਲਦੀ ਹੈ ਜੀ ਕਿਉਂਕਿ ਇਹ ਨੇਚਰਲ ਸੀ ਕੋਈ ਉਹਦੇ ਤੇ ਬਹੁਤੀ ਕੀਮਤ ਨਹੀਂ ਸੀ ਲੱਗਦੀ ਤੇ ਆਲਮੋਸਟ ਹਰ ਥਾਂ ਦੇ ਉੱਤੇ ਹਰ ਗੁਰਦੁਆਰੇ ਦੇ ਵਿੱਚ ਇਹ ਪਿੰਡਾਂ 'ਚ ਖਾਸ ਤੌਰ ਤੇ ਜਿਹੜਾ ਉਹ ਰੱਖਿਆ ਹੁੰਦਾ ਸੀ ਇਹੀ ਨਹੀਂ ਕਿ ਮਹਾਰਾਜ ਦੀ ਸਵਾਰੀ ਦੇ ਅੱਗੇ ਪੂਰੇ ਆ ਜਾਂਦਾ ਸੀ ਸਵੇਰੇ ਜਾਂ ਸ਼ਾਮ ਇਹ ਇੱਕ ਕਿਸਮ ਦੀ ਕਾਲ ਸੀ ਜਿਵੇਂ ਇਸਲਾਮ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਜਿਹੜੀ ਆਜ਼ਾਨ ਦਿੱਤੀ ਜਾਂਦੀ ਹੈ ਜੀ ਆਜ਼ਾਨ ਦਾ ਦੀ ਸਿਗਨੀਫੀਕੈਂਸ ਬੜੀ ਮੈਲੋਡੀਅਸ ਹੁੰਦੀ ਹੈ ਉਹਦੀ ਸਿਗਨੀਫੀਕੈਂਸ ਇਹ ਹੁੰਦਾ ਹੈ ਕਿ ਬਈ ਅੱਲਾ ਦੇ ਲੋਕੋ ਅੱਲਾ ਵਾਲਿਓ ਇਹ ਤੁਹਾਡੇ ਨਮਾਜ਼ ਦਾ ਵਕਤ ਹੈ ਜੀ ਔਰ ਤੁਸੀਂ ਮਸੀਤ ਆਓ ਔਰ ਨਮਾਜ਼ ਪੜੋ ਜੀ ਜੀ ਸੋ ਇਸੇ ਤਰ੍ਹਾਂ ਜਿਹੜਾ ਇਹ ਸੰਖ ਪੂਰਨਾ ਸੀ ਇਹ ਵੀ ਇੱਕ ਕਿਸਮ ਦੀ ਅਲਰਟਨੈਸ ਸੀ ਕਿ ਵੀ ਸਾਵਧਾਨ ਹੋਵੋ ਜਾਗੋ ਜੀ ਔਰ ਗੁਰਦੁਆਰਾ ਸਾਹਿਬ ਨਿਤਨੇਮ ਦਾ ਟਾਈਮ ਹੈ ਸਵੇਰ ਦਾ ਜਾਂ ਸ਼ਾਮ ਦਾ ਜੀ ਹੁਣ ਜਿਹੜਾ ਮਹਾਰਾਜ ਦੀ ਸਵਾਰੀ ਜਦੋਂ ਕਿਤੇ ਲਜਾਈ ਜਾਂਦੀ ਸੀ ਹੁਣ ਇਹਦੇ ਵਿੱਚ ਦੋ ਗੱਲਾਂ ਬੜੀਆਂ ਮੈਂ ਸਮਝਦਾ ਵੀ ਅਹਿਮ ਨੇ ਜੀ ਕਿ ਜਦੋਂ ਅਸੀਂ ਬਾਦਸ਼ਾਹਤ ਦੀ ਗੱਲ ਕਰਦੇ ਕਰਾਉਨ ਜੀ ਜਿਹੜੇ ਬਾਦਸ਼ਾਹ ਨੇ ਸੋ ਬਾਦਸ਼ਾਹਾਂ ਦਾ ਜਿਹੜਾ ਸਿੰਬੋਲਿਜ਼ਮ ਹੈ ਤਿੰਨ ਚੀਜ਼ਾਂ ਬਾਦਸ਼ਾਹ ਦੇ ਕੋਲ ਹੁੰਦੀਆਂ ਜੀ ਸ਼ਵਰ ਛਤਰ ਤਖਤ ਜੀ ਤਖਤ ਥਰੋਨ ਨੂੰ ਕਹਿੰਦੇ ਨੇ ਜੀ ਕਿ ਉਹ ਆਮ ਨਾਲੋਂ ਜਿੱਥੇ ਉਹਨਾਂ ਦੇ ਬਾਕੀ ਦਰਬਾਰੀ ਬੈਠੇ ਨੇ ਜਾਂ ਦੂਸਰੇ ਉਸ ਤੋਂ ਉੱਚਾ ਹੈ ਉਹ ਤਖਤ ਤੇ ਬੈਠਦਾ ਹੈ ਜੀ ਔਰ ਫਿਰ ਜਿੰਨਾ ਜਿੰਨਾ ਕਿਸੇ ਦਾ ਪਰਤਾਪ ਹੁੰਦਾ ਸੀ ਜਾਂ ਜਿੰਨੇ ਜਿੰਨੇ ਇਲਾਕੇ ਕਿਸੇ ਕੋਲ ਹੁੰਦੇ ਸੀ ਜਾਂ ਜਿੰਨਾ ਵੱਡਾ ਬਾਦਸ਼ਾਹ ਹੈ ਉਹ ਜਾਇ ਉਹਦੇ ਸ਼ਾਈ ਤਖਤ ਸੀ ਜੀ ਔਰ ਉਹ ਤਖਤ ਜਿਵੇਂ ਅਸੀਂ ਜਦੋਂ ਤਖਤ ਤਾਉਸ ਦੀ ਗੱਲ ਕਰਦੇ ਜਿਹੜਾ ਕਿ ਮੁਗਲਾਂ ਦਾ ਤਖਤ ਸੀ ਬਾਅਦ ਵਿੱਚ ਜਦੋਂ ਨਾਦਰ ਸ਼ਾਹ ਹੈ 18 1739 ਦੇ ਵਿੱਚ ਤੇ ਉਹ ਉਹਨੂੰ ਲੈ ਗਿਆ ਦਿੱਲੀ ਤੋਂ ਔਰ ਅੱਜ ਵੀ ਉਹ ਜਿਹੜਾ ਤਹਿਰਾਨ ਈਰਾਨ ਦੇ ਮਿਊਜ਼ੀਅਮ ਦੇ ਵਿੱਚ ਪਿਆ ਹੈ ਸੋ ਤਾਉਸ ਮੋਰ ਨੂੰ ਕਹਿੰਦੇ ਨੇ ਸੋ ਤਖਤੇ ਤਾਉਸ ਦੀ ਜਿਹੜੀ ਸ਼ਖਲ ਸੀ ਉਹ ਮੋਰ ਵਰਗੀ ਸੀ ਸੋ ਜਦੋਂ ਬੜੇ ਦੁਨੀਆ ਦੇ ਨਾਮੀ ਗ੍ਰਾਮੀ ਤਖਤਾਂ ਦੀ ਗੱਲ ਹੁੰਦੀ ਹੈ ਤੇ ਤਖਤੇ ਤਾਉਸ ਦੀ ਗੱਲ ਹੈ ਪਰ ਇੱਕ ਬਾਦਸ਼ਾਹ ਹੈ ਜਿਹੜਾ ਤਖਤ ਤੇ ਬੈਠੇਗਾ ਜੀ ਚਵਰ ਹੁਣ ਇਹ ਖਾਸ ਤੌਰ ਤੇ ਈਸਤ ਦੀ ਪਰੰਪਰਾ ਸੀ ਕਿ ਜਿਹਦੇ ਵਿੱਚ ਇੱਕ ਜਿਹੜਾ ਅਟੈਂਡੈਂਟ ਹੈ ਉਹ ਬਾਦਸ਼ਾਹ ਦੇ ਪਿੱਛੇ ਇੱਕ ਚਵਰ ਲੈ ਕੇ ਉਸ ਦੇ ਉੱਤੇ ਚੁਲਾਉਂਦਾ ਸੀ ਉਸ ਉਹ ਮਲਟੀ ਪਰਪਸ ਸੀ ਇੱਕ ਤਾਂ ਇਹ ਹੈ ਕਿ ਬਾਦਸ਼ਾਹ ਦੀ ਪਿੱਠ ਕਵਰਡ ਹੈ ਪਿੱਛੋਂ ਦੀ ਕੋਈ ਵਾਰ ਨਹੀਂ ਕਰ ਸਕਦਾ ਇੱਕ ਅਲਰਟ ਬੰਦਾ ਜਿਹੜਾ ਜਿਹੜਾ ਸੇਵਾ ਦੇ ਵਿੱਚ ਹੈ ਉਹ ਹਾਜ਼ਰ ਹੈ ਔਰ ਤੀਸਰਾ ਇੱਕ ਰਾਇਲਟੀ ਸਿਊ ਜਿਹੜੇ ਚਵਰ ਹੁੰਦਾ ਸੀ ਉਹ ਜਿਹੜੇ ਆਮ ਨੇ ਉਹ ਮੋਰ ਦੇ ਖੰਬਾਣਾ ਹੁੰਦਾ ਸੀ ਜਿਹੜੇ ਹੋਰ ਨੇ ਚੰਦਨ ਦੀ ਲੱਕੜ ਉਹਦੇ ਵਿੱਚ ਖੁਸ਼ਬੂ ਹੁੰਦੀ ਸੀ ਖੁਸ਼ਬੂਦਾਰ ਹੈ ਲੇਕਿਨ ਇਹ ਬਾਦਸ਼ਾਹ ਦਾ ਚਿੰਨ ਸੀ ਜੀ ਔਰ ਚਵਰ ਛਤਰ ਛਤਰ ਜਿਹੜੇ ਹੁਣ ਆਮ ਤੌਰ ਤੇ ਜਦੋਂ ਸਿਰ ਦੇ ਉੱਤੇ ਜਿਹੜੀ ਕੈਨੋਪੀ ਹੈ ਜੀ ਉਹ ਛਤਰ ਹੈ ਬਾਦਸ਼ਾਹਾਂ ਦੇ ਹੀ ਛਤਰ ਹੁੰਦੇ ਨੇ ਜੀ ਸੋ ਚਵਰ ਛਤਰ ਤਖਤ ਦੇ ਮਾਲਕ ਹੀ ਬਾਦਸ਼ਾਹ ਹੁੰਦੇ ਸੀ ਜੀ ਜੀ ਦਸਵੇਂ ਪਾਤਸ਼ਾਹ ਨੇ ਜੋਤੀ ਜੋਤ ਸਮਾਨ ਤੋਂ ਪਹਿਲਾਂ ਔਰ ਅਸੀਂ ਦੇਖਦੇ ਹਾਂ ਕਿ ਮੀਰੀ ਔਰ ਪੀਰੀ ਆ ਇਹ ਸਿੱਖੀ ਦੇ ਵਿੱਚ ਇਕੱਠੇ ਗੁਰੂ ਹਰਗੋਬਿੰਦ ਸਾਹਿਬ ਦੇ ਨਾਲ ਉਹਨਾਂ ਦਾ ਉਹਨਾਂ ਨੂੰ 6ਵੇਂ ਪਾਤਸ਼ਾਹ ਨੂੰ ਸੀ ਮੀਰੀ ਪੀਰੀ ਦੇ ਮਾਲਕ ਕਹਿੰਦੇ ਜੀ ਦਿੱਲੀ ਤਖਤ ਤੋਂ 2 ਫੁੱਟ ਉੱਚਾ ਅਕਾਲ ਤਖਤ ਜਿਹੜਾ ਉਹ ਅੱਜ ਤੋਂ ਲਗਭਗ 4 ਸਦੀਆਂ ਪਹਿਲਾਂ ਸਟੈਬਲਿਸ਼ ਕੀਤਾ ਔਰ ਮੈਸੇਜ ਇਹ ਸੀ ਕਿ ਇਹ ਜਿਹੜੇ ਦੁਨੀਆਂ ਦੇ ਤਖਤ ਨੇ ਦੁਨੀਆਂ ਦੇ ਰਾਜੇ ਰਾਣੇ ਨੇ ਇਹ ਮੌਤ ਦੀ ਗ੍ਰਿਪ ਚ ਨੇ ਜੀ ਮੌਤ ਦੇ ਵਸ ਨੇ ਕਾਲ ਦੇ ਵਸ ਨੇ ਤੇ ਇਹ ਅਕਾਲ ਦਾ ਤਖਤ ਹੈ ਅਕਾਲ ਜਿਹੜਾ ਮਰਦਾ ਨਹੀਂ ਹੈ ਥਰೋನ್ ਆਫ ਦਾ ਇਮੋਰਟਲ ਅਕਾਲਪੁਰਖ ਲਈ ਰੱਬ ਦੇ ਲਈ ਜੀ ਔਰ ਇਹ ਸੱਚ ਹਕ ਇਨਸਾਫ ਦਾ ਤਖਤ ਹੈ ਜਿੱਥੇ ਸਿਰਫ ਤੇ ਸਿਰਫ ਸੱਚ ਦੀ ਗੱਲ ਹੋਏਗੀ ਜੀ ਹੁਣ ਇਹ ਔਰ ਪੀਰੀ ਦਾ ਜਦੋਂ ਅਸੀਂ ਗੱਲ ਕਰਦੇ ਆਂ ਦਸਵੇਂ ਪਾਤਸ਼ਾਹ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਜੀ ਮੀਰੀ ਦਾ ਤਖਤ ਖਾਲਸਾ ਪੰਥ ਨੂੰ ਬਖਸ਼ਿਆ ਜਦੋਂ ਅਸੀਂ ਗੁਰੂ ਖਾਲਸਾ ਕਹਿੰਦੇ ਆਂ ਤਾਂ ਫਿਰ ਇਹ ਹੈ ਕਿ ਜਿੰਨੀਆਂ ਵਰਲਡਲੀ ਮੈਟਰਸ ਨੇ ਦੁਨਿਆਵੀ ਮੈਟਰਸ ਨੇ ਉਹਨਾਂ ਦੇ ਵਿੱਚ ਫੈਸਲਾ ਕਰਨ ਦਾ ਹੱਕ ਪੰਥ ਦੇ ਕੋਲ ਹੈ ਜੀ ਔਰ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੋ ਗ੍ਰੰਥ ਜੀ ਸੋ ਜਿਹੜੀ ਰੋਹਾਨੀਅਤ ਦਾ ਜਾਂ ਪੀਰੀ ਦਾ ਤਖਤ ਹੈ ਉਹ ਗੁਰੂ ਗ੍ਰੰਥ ਸਾਹਿਬ ਨੂੰ ਬਖਸ਼ਿਆ ਇਸੇ ਲਈ ਗੁਰੂ ਗ੍ਰੰਥ ਸਾਹਿਬ ਤਖਤ ਦੇ ਉੱਤੇ ਬਿਰਾਜਮਾਨ ਹੁੰਦੇ ਨੇ ਜੀ ਉੱਚਾ ਬੇਸ਼ੱਕ ਅੱਜਕੱਲ ਪਾਲਕੀਆਂ ਦਾ ਰਿਵਾਜ ਹੋ ਗਿਆ ਜਿਹੜਾ ਕਿ ਬਾਅਦ ਦੇ ਵਿੱਚ ਆਇਆ ਹੈ ਪਾਲਕੀ ਤਾਂ ਸਿਰਫ ਉਹਨਾਂ ਇਸਤੇਮਾਲ ਹੁੰਦੀ ਸੀ ਜਦੋਂ ਕਿ ਮਹਾਰਾਜ ਦੇ ਸਰੂਪ ਨੂੰ ਬਾਹਰ ਪਾਲਕੀ ਦਾ ਮਤਲਬ ਹੀ ਸਵਾਰੀ ਹੈ ਜੀ ਜਿਵੇਂ ਬਾਦਸ਼ਾਹ ਜਿਹੜੇ ਨੇ ਜਦੋਂ ਬਾਹਰ ਜਾਂਦੇ ਸੀ ਤੇ ਉਹ ਪਾਲਕੀਆਂ ਦੇ ਵਿੱਚ ਸਵਾਰੀ ਹੈ ਉਹਨਾਂ ਦੀ ਜਾਂ ਘੋੜਿਆਂ ਦਾ ਵੀ ਹੋ ਸਕਦੇ ਸੀ ਜੀ ਸੋ ਉਸ ਤਖਤ ਤੇ ਗੁਰੂ ਗ੍ਰੰਥ ਸਾਹਿਬ ਸੁਭਾਇਮਾਨ ਹੁੰਦੇ ਨੇ ਕਿਤੇ ਵੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਹੋ ਸਕਦਾ ਜਿੱਥੇ ਉੱਪਰ ਚੰਦੋਆ ਨਾ ਹੋਵੇ ਹੁਣ ਚੰਦੋਆ ਛਤਰ ਹੈ ਜੀ ਉਹ ਚੰਦੋਏ ਦੇ ਵਿੱਚਕਾਰ ਸੋਨੇ ਦਾ ਛੱਬਾ ਲੱਗਾ ਹੈ ਜਾਂ ਕੋ ਹੋਰ ਲੱਗਾ ਹੈ ਸ਼ਰਦਾਵਾਨਾਂ ਦਾ ਇੱਕ ਆਪਣਾ ਤਰੀਕਾ ਹੈ ਗੁਰੂ ਨੂੰ ਜਾਨਦਾ ਔਰ ਚਵਰ ਹਮੇਸ਼ਾ ਜਦੋਂ ਦੀਵਾਨ ਸਜਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਤਾਬਿਆ ਸੀ ਬੈਠਦੇ ਆ ਤੇ ਪਿੱਛੇ ਇੱਕ ਚੌਰ ਕਰਦਾ ਹੁੰਦਾ ਹੈ ਔਰ ਚੌਰ ਦੀ ਸੇਵਾ ਬੜੀ ਉੱਤਮ ਸੇਵਾ ਮੰਨੀ ਜਾਂਦੀ ਹੁਣ ਇਹ ਗੱਲ ਸਮਝਣ ਵਾਲੀ ਹੈ ਕਿ ਪੀਰੀ ਦੀ ਬਾਦਸ਼ਾਹਤ ਗੁਰੂ ਗ੍ਰੰਥ ਸਾਹਿਬ ਕੋਲ ਹੈ ਇਸ ਲਈ ਇਹ ਬਾਦਸ਼ਾਹਤ ਦੇ ਤਿੰਨੋ ਹੀ ਚਿੰਨ੍ਹ ਜਿਹੜੇ ਨੇ ਚਵਰ ਛਤਰ ਤਖਤ ਇਹ ਹਰ ਗੁਰਦੁਆਰਾ ਸਾਹਿਬ ਚ ਗੁਰੂ ਗ੍ਰੰਥ ਸਾਹਿਬ ਦਾ ਜਿੱਥੇ ਵੀ ਪ੍ਰਕਾਸ਼ ਹੋਇਆ ਹੈ ਘਰ ਦੇ ਵਿੱਚ ਵੀ ਹੋਏ ਚੰਦੋਏ ਤੋਂ ਬਿਨਾਂ ਨਹੀਂ ਹੋ ਸਕਦਾ ਜੀ ਜੀ ਹੁਣ ਦੂਸਰੀ ਗੱਲ ਜਿਹੜਾ ਉਹਨਾਂ ਦਾ ਸਵਾਲ ਹੈ ਕਿ ਜਦੋਂ ਬਾਦਸ਼ਾਹ ਮੂਵ ਕਰਦੇ ਸੀ ਇੱਕ ਥਾਂ ਤੋਂ ਉਹਨਾਂ ਨੇ ਦੂਸਰੀ ਥਾਂ ਜਾਣਾ ਤੇ ਲੋਕਾਂ ਦੇ ਲਈ ਇਹ ਅਲਰਟਨੈਸ ਹੁੰਦੀ ਸੀ ਕਿ ਬਾਦਸ਼ਾਹ ਆ ਰਹੇ ਜੀ ਉਹਦੇ ਵਿੱਚ ਜਿਹੜੇ ਦੇਸੀ ਰਾਜੇ ਹੋਣਗੇ ਉਹਨਾਂ ਦੀ ਸੰਖਪੂਰਣ ਦੀ ਹੋਏਗੀ ਕਿਉਂਕਿ इजीली ਅਵੇਲੇਬਲ ਸੀ ਫਿਰ ਉਹਦੇ ਨਾਲ ਘੰਟੀ ਵੀ ਆ ਗਈ ਕਿ ਅੱਗੇ ਘੰਟੀ ਵੱਜਦੀ ਜਾਂਦੀ ਸੀ ਜੀ ਇਸ ਤੋਂ ਇਲਾਵਾ ਅੱਗੇ ਜਿਹੜੇ ਨੇ ਕੁਝ ਬੰਦੇ ਪਾਣੀ ਦਾ ਛੜਕਾ ਵੀ ਕਰਦੇ ਜਾਂਦੇ ਸੀ ਕਿਉਂਕਿ ਉਸ ਸਮਾਂ ਵਿੱਚ ਇਸ ਕਿਸਮ ਦੀਆਂ ਗੱਡੀਆਂ ਤਾਂ ਨਹੀਂ ਸੀ ਜਾਣ ਵਾਲਾ ਕੰਮ ਕੱਚੀਆਂ ਸੜਕਾਂ ਸੀ ਜੀ ਜੀ ਸੋ ਜਿਹੜੀ ਜਦੋਂ ਤੁਸੀਂ ਤੁਰਦੇ ਹੋ ਤੇ ਮਿੱਟੀ ਜਿਹੜੀ ਹੈ ਜੇ ਅੱਗੇ ਜਾ ਰਹੇ ਨੇ ਮਿੱਟੀ ਪਿੱਛੇ ਨੂੰ ਆ ਰਹੀ ਹੈ ਉਸ ਦੇ ਵਿੱਚ ਪੂਰਾ ਗਰਦਾ ਉੱਡ ਰਿਹਾ ਜੀ ਸੋ ਜਿਹੜਾ ਪਾਣੀ ਦਾ ਛੜਕਾ ਹੈ ਉਹ ਵੀ ਇਸ ਲਈ ਸੀ ਤਾਂ ਕਿ ਮਿੱਟੀ ਸੈਟਲ ਹੋ ਜਾਏ ਜੀ ਸੋ ਇਹ ਬਾਦਸ਼ਾਹ ਦੀਆਂ ਹੀ ਨਿਸ਼ਾਨੀਆਂ ਸੀ ਇਸ ਲਈ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਵੀ ਮੂਵ ਕੀਤੀ ਹੈ ਕਰਦੀ ਸੀ ਜਾਂ ਕੀਤੀ ਜਾਂਦੀ ਹੈ ਜੀ ਤੇ ਪਾਣੀ ਦਾ ਛੜਕਾ ਅੱਗੇ ਜਾਂਦਾ ਇੱਕ ਬੰਦਾ ਘੰਟੀ ਇਸ ਲਈ ਵਜਾ ਰਿਹਾ ਹੈ ਕਿ ਜਿਹੜੇ ਲੋਕ ਕੋਈ ਵਿਚਕਾਰ ਨੇ ਦੂਜੇ ਨੂੰ ਅਲਰਟ ਹੋ ਜਾਣ ਕਿ ਬਾਦਸ਼ਾਹ ਦੀ ਸਵਾਰੀ ਆ ਰਹੀ ਹੈ ਜੀ ਜੀ ਔਰ ਗੁਰੂ ਗ੍ਰੰਥ ਸਾਹਿਬ ਅਧਿਆਤਮ ਦੀ ਦੁਨੀਆ ਦੇ ਪੀਰੀ ਦੀ ਦੁਨੀਆ ਦੇ ਬਾਦਸ਼ਾਹ ਨੇ ਇਸ ਲਈ ਚਵਰ ਛਤਰ ਤਖਤ ਦੇ ਵੀ ਮਾਲਕ ਨੇ ਔਰ ਇਹ ਜਿਹੜਾ ਪਾਰਟ ਹੈ ਵੈਦਰ ਸੰਖ ਪੂਰਿਆ ਜਾਂਦਾ ਹੈ ਜਾਂ ਘੰਟੀ ਵਜਾਈ ਜਾਂਦੀ ਹੈ ਜਾਂ ਜਦੋਂ ਸਾਡੇ ਨਗਰ ਕੀਰਤਨ ਨਿਕਲਦੇ ਨੇ ਅਸੀਂ ਇਹ ਦੇਖਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਦੇ ਅੱਗੇ ਪੰਜ ਪਿਆਰੇ ਜੀ ਤਿਆਰ ਬਰ ਤਿਆਰ ਨੰਗੀਆਂ ਸ੍ਰੀ ਸਾਹਿਬਾਂ ਦੇ ਨਾਲ ਇਹ ਵੀ ਉਸ ਗੁਰੂ ਪੰਥ ਦਾ ਰੂਪ ਪਰ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਕਿਉਂਕਿ ਉਹ ਮਾਰਚ ਕਰਦੇ ਨੇ ਪਰ ਜਦੋਂ ਹੀ ਨਗਰ ਕੀਰਤਨ ਖਲੋ ਜਾਂਦਾ ਹੈ ਉਹ ਆਪਣੀ ਪੋਜੀਸ਼ਨ ਬਦਲਦੇ ਨੇ ਤਾਂ ਉਹਨਾਂ ਦਾ ਮੂੰਹ ਗੁਰੂ ਗ੍ਰੰਥ ਸਾਹਿਬ ਵੱਲ ਹੁੰਦਾ ਹੈ ਇਸ ਤਰੀਕੇ ਦੇ ਨਾਲ ਖਲੋਂਦੇ ਨੇ ਸੋ ਮੈਂ ਸਮਝਦਾ ਹਾਂ ਵੀ ਇਹ ਕੋਈ ਬਹੁਤਾ ਫਰਕ ਨਹੀਂ ਪੈਂਦਾ ਹੈ ਕਿ ਵੀ ਕਦੇ ਸੰਖ ਪੂਰਿਆ ਜਾਂਦਾ ਸੀ ਅੱਜ ਜਿਹੜਾ ਘੰਟਾ বাজਾਇਆ ਜਾਂਦਾ ਹੈ ਜਾਂ ਕੋਈ ਹੋਰ ਤਰੀਕਾ ਵੀ ਕੱਲ ਨੂੰ ਜਿਹੜਾ ਮੋਰ ਰਾਇਲਟੀ ਦਾ ਹੈ ਕਿਉਂਕਿ ਉਹ ਇਹ ਇੱਕ ਬਾਦਸ਼ਾਹਤ ਦੀਆਂ ਗੱਲਾਂ ਨੇ ਔਰ ਉਹਦੇ ਨਾਲ ਹੀ ਇਹ ਸਾਰਾ ਸਿੰਬੋਲਿਜ਼ਮ ਜੁੜਿਆ ਹੋਇਆ ਹੈ ਜੀ ਜਰਦ ਸਰ ਸਾਡੀ ਅਗਲੀ ਈਮੇਲ ਪੇਸ਼ਾਵਰ ਤੋਂ ਜਨਾਬ ਅਸਦ ਜਾਵੇਦ ਜੀ ਦੀ ਹੈ ਇਹ ਲਿਖਦੇ ਹਾਂ ਮੈਨੂੰ ਆਪਣਾ ਕੀਮਤੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਮੈਂ ਤੁਹਾਡੇ ਵੱਲੋਂ ਮੇਰੀ ਈਮੇਲ ਦਾ ਬੜਾ ਵੇਰਵੇ ਸਹਿਤ ਅਤੇ ਠੋਸ ਦਿੱਤਾ ਗਿਆ ਜਵਾਬ ਸੁਨਿਆ ਹੈ ਮੈਨੂੰ ਬੜੀ ਖੁਸ਼ੀ ਹੈ ਕਿ ਤੁਸੀਂ ਸਾਡਾ ਉਸੇ ਤਰ੍ਹਾਂ ਹੀ ਸਤਿਕਾਰ ਸਤਿਕਾਰ ਕਰਦੇ ਹੋ ਜਿਵੇਂ ਦਾ ਸਤਿਕਾਰ ਤੁਹਾਡੇ ਲਈ ਸਾਡੇ ਮਨਾਂ ਵਿੱਚ ਹੈ ਮੈਨੂੰ ਆਪਣੇ ਸਿੱਖ ਭਰਾਵਾਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ਦਾ ਛੋਟਾ ਜਿਹਾ ਹਿੱਸਾ ਬਣ ਸਕਣ ਦੀ ਅਤਿਅੰਤ ਖੁਸ਼ੀ ਹੋਈ ਮੈਂ ਹਰ ਥਾਂ ਅਤੇ ਜੋਗ ਮਕਾਮ ਤੇ ਸਿੱਖਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਾਂਗਾ ਅਤੇ ਮੇਰੇ ਤੋਂ ਜੋ ਵੀ ਸਰਿਆ ਬਣਿਆ ਮੈਂ ਅਵਸ਼ ਕਰਾਂਗਾ ਮੈਂ ਤੁਹਾਡੇ ਨਾਲ ਸੰਪਰਕ ਵਿੱਚ ਰਹਾਂਗਾ ਅਤੇ ਤੁਹਾਡੇ ਕੀਮਤੀ ਸੁਝਾਵਾਂ ਅਤੇ ਸਿਆਣੀ ਸਲਾਹ ਦਾ ਹਮੇਸ਼ਾ ਤਲਬਗਾਰ ਰਹਾਗਾ ਬਹੁਤ ਹੀ ਸਤਿਕਾਰ ਸਹਿਤ ਹਾਇੰਡ ਆਊਟਸਰ ਸਭ ਤੋਂ ਪਹਿਲਾਂ ਤਾਂ ਭਾਈ ਜਾਨ ਅਸਦ ਜავੇਦ ਦਾ ਬਹੁਤ ਬਹੁਤ ਸ਼ੁਕਰੀਆ ਉਹਨਾਂ ਦੀ ਦੂਸਰੀ ਈਮੇਲ ਹੈ ਕਿਉਂਕਿ ਜਦੋਂ ਉਹਨਾਂ ਨੇ ਪਹਿਲੀ ਈਮੇਲ ਲਿਖੀ ਤਾਂ ਉਹਨਾਂ ਨੇ ਆਪਣੇ ਗ੍ਰੈਂਡਪੇਰੈਂਟਸ ਦਾ ਹਵਾਲਾ ਦੇ ਕੇ ਦੱਸਿਆ ਜੀ ਕਿ ਕਿਵੇਂ 47 ਤੋਂ ਪਹਿਲਾਂ ਸਿੱਖ ਮੁਸਲਮਾਨ ਉਸ ਖਿੱਤੇ ਦੇ ਵਿੱਚ ਆਪਸ ਦੇ ਵਿੱਚ ਬੜੇ ਪਿਆਰ ਔਰ ਭਰਾਵਾਂ ਭੈਣਾਂ ਵਾਂਗ ਰਹਿੰਦੇ ਸਨ ਜੀ ਸੋ ਉਹਨਾਂ ਨੇ ਦੱਸਿਆ ਵੀ ਅੱਜ ਵੀ ਉਹਨਾਂ ਦੇ ਗ੍ਰੈਂਡਪੇਰੈਂਟਸ ਉਹਨਾਂ ਮੂਮੈਂਟਸ ਨੂੰ ਯਾਦ ਕਰਦੇ ਨੇ ਔਰ ਉਹਨਾਂ ਦੇ ਅੱਖਾਂ ਚ ਅਥਰੂ ਹੁੰਦੇ ਨੇ ਜੀ ਸੋ ਅਸੀਂ ਇਸ ਨੂੰ ਜਿਹੜਾ ਰਿਸਪੌਂਡ ਕੀਤਾ ਕਿ ਇਹੀ ਭਾਵਨਾਵਾਂ ਇਹੀ ਫੀਲਿੰਗਸ ਦੂਸਰੇ ਪਾਸੇ ਵੀ ਨੇ ਜੀ ਔਰ ਬਾਹਰ ਜਿਹੜੇ ਸਿੱਖ ਔਰ ਪਾਕਿਸਤਾਨੀ ਵੀਰ ਆਏ ਨੇ ਵੀਰ ਭੈਣਾ ਇੱਥੇ ਕਿਉਂਕਿ ਸਾਡੇ ਕੋਲ ਜ਼ਿਆਦਾ ਆਜ਼ਾਦੀ ਹੈ ਅਸੀਂ ਮਿਲ ਸਕਦੇ ਆ ਇੱਕ ਦੂਜੇ ਨੂੰ ਔਰ ਅਸੀਂ ਦੇਖਦੇ ਆ ਵੀ ਇਨਸਟੈਂਟ ਕਲਿੱਕ ਹੋ ਜਾਂਦਾ ਔਰ ਇਹ ਗੱਲ ਮੈਂ ਕੋਈ ਕਿਸੇ ਨੂੰ ਵਿਡਿਆਣ ਲਈ ਨਹੀਂ ਕਹਿ ਰਿਹਾ ਕਿਉਂਕਿ ਅਕਸਰ ਮੈਂ ਟਰੈਵਲ ਕਰਦਾ ਹਾਂ ਬਹੁਤ ਜ਼ਿਆਦਾ ਹਰ ਵੀਕਐਂਡ ਕਿਤੇ ਨਾ ਕਿਤੇ ਹੁੰਦਾ ਹੈ ਪ੍ਰੋਗਰਾਮ ਜੀ ਤੇ ਅਨਨੋਨ ਵੀ ਜਦੋਂ ਤੁਸੀਂ 에어ਪੋਰਟ ਤੋਂ ਜਾ ਰਹੇ ਹੋ ਕੋਈ ਇੱਕ ਪਾਸੇ ਜਾਂ ਦੂਜੇ ਪਾਸੇ ਕਿਉਂਕਿ ਉਹੀ ਥਾਂ ਹੁੰਦੀ ਹੈ ਤੁਹਾਨੂੰ ਪੈਦਲ ਤੁਰਨਾ ਪੈਂਦਾ ਹੈ ਜੀ ਜੀ ਤੇ ਜਿੱਥੇ ਵੀ ਕੋਈ ਵੀ ਪਾਕਿਸਤਾਨੀ ਵੀਰ ਪੈਣ ਕਿਤੇ ਵੀ ਦੇਖਣਗੇ ਤੇ ਉਹ ਆ ਕੇ ਬੜੇ ਸਤਿਕਾਰ ਨਾਲ ਠੇਠ ਪੰਜਾਬੀ ਦੇ ਵਿੱਚ ਬਾਦਸ਼ਾਹ ਕੀ ਹਾਲ ਹੈ ਜੀ 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 ਕਿਵੇਂ ਹੋ ਠੀਕ ਠਾਕ ਹੋ ਜੀ ਸੋ ਤੁਸੀਂ ਅੱਧੇ ਮਿੰਟ ਦੇ ਵਿੱਚ ਵਿੱਚ ਉਸ ਅਨਨੋਨ ਪਰਸਨ ਦੇ ਨਾਲ ਜਿਹੜਾ ਇੱਕਦਮ ਕਲਿੱਕ ਹੁੰਦੇ ਜੀ ਔਰ ਇਹ ਵਰਤਾਰਾ ਸਾਡੀ ਉਸ ਜਿਹੜੀ ਸਾਡੀ Hindu ਬਹੁ ਗਿਣਤੀ ਹੈ ਜਿਨ੍ਹਾਂ ਦੇ ਨਾਲ 47 80 ਕਿਸਮਤ ਜੋੜੀ ਔਰ ਇਹ ਵੀ ਮੈਂ ਜਿਹੜਾ ਇਮਾਨਦਾਰੀ ਦੇ ਨਾਲ ਇਹ ਮਹਿਸੂਸ ਕਰਦਾ ਕਿ ਕਈ ਵਾਰ ਉਹ ਤੁਹਾਡਾ ਕੋ-ਪੈਸੈਂਜਰ ਵੀ ਹੋਏਗਾ ਨਾਲ ਦੇ ਜਹਾਜ਼ ਦੀ ਸੀਟ ਤੇ ਵੀ ਹੋਏ ਜਾਂ ਟ੍ਰੇਨ ਦੀ ਸੀਟ ਤੇ ਵੀ ਹੋਏ ਉਹ ਮੂੰਹ ਲੁਕਾਉਂਦਾ ਹੁੰਗਾ ਉਸ ਨੂੰ ਜਿਹੜਾ ਸਿੱਖ ਤੋਂ ਇੱਕ ਜ਼ਮਾਨਾ ਸੀ ਉਹਨੂੰ ਲੱਗਦਾ ਸੀ ਕਿ ਇਹਨਾਂ ਦੀ ਲੋੜ ਹੈ ਸ਼ਾਇਦ ਇਸ ਲਈ ਉਹ ਵਢਿਉਂਦੇ ਵੀ ਹੋਣਗੇ ਪਰ ਹੁਣ ਉਹਨਾਂ ਦੇ ਮਨ ਦੇ ਵਿੱਚ ਕੀ ਹੈ ਇਹ ਤਾਂ ਉਹ ਹੀ ਜਾਣਦੇ ਨੇ ਲੇਕਿਨ ਉਹਨਾਂ ਦੇ ਵਿੱਚ ਤੁਸੀਂ ਕੋਈ ਆਪਣਾਥ ਮਹਿਸੂਸ ਨਹੀਂ ਕਰਦੇ ਅ ਸੋ ਅ ਅਸਲ ਜਾਵੀਦ ਸਾਹਿਬ ਨੇ ਵੀ ਜੋ ਅਸੀਂ ਆਪਣੀਆਂ ਫੀਲਿੰਗਸ ਪ੍ਰਗਟਾਈਆਂ ਜੀ ਉਹ ਵੀ ਉਹਨਾਂ ਨੇ ਵੀ ਮਹਿਸੂਸ ਕੀਤਾ ਹੈ ਬਾਕੀ ਜੋ ਉਹਨਾਂ ਨੇ ਇਹ ਕਿ ਕਿ ਵੀ ਅਸੀਂ ਸਿੱਖ ਸੰਗਰਸ਼ ਦੇ ਨਾਲ ਔਰ ਸਿੱਖਾਂ ਦੀ ਜਿਹੜੀ ਸੱਚਾ ਕਨ ਇਨਸਾਫ ਦੀ ਆਵਾਜ਼ ਹੈ ਉਸ ਆਵਾਜ਼ ਨਾਲ ਆਪਣੀ ਆਵਾਜ਼ ਹਮੇਸ਼ਾ ਮਿਲਾਉਂਦੇ ਰਹਾਂਗੇ ਸਰਦਾਰ ਲਈ ਹਮੇਸ਼ਾ ਇਹ ਫਖਰ ਵਾਲੀ ਗੱਲ ਹੈ ਅਸੀਂ ਇਹ ਸਮਝਦੇ ਹਾਂ ਕਿ ਨਾ ਸਿਰਫ ਰੂਹਾਨੀ ਤੌਰ ਤੇ ਇਸਲਾਮ ਔਰ ਸਿੱਖੀ ਦੀ ਇੱਕ ਸਾਂਝ ਹੈ ਜਿਹੜੀ ਸਾਂਝ ਗੁਰੂ ਨਾਨਕ ਸਾਹਿਬ ਦੀ ਬਾਣੀ ਭਾਈ ਮਰਦਾਨੇ ਦੀ ਰਬਾਬ ਤੇ ਗੁਰੂ ਅਰਜਨ ਸਾਹਿਬ ਵੱਲੋਂ ਸਾਈ ਮੀਆਂ ਮੀਰ ਤੋਂ ਹਰਮੰਦਰ ਸਾਹਿਬ ਦਾ ਨਹੀਂ ਪੱਥਰ ਰਖਵਾਣਾ ਇਹ ਉਹ ਪੁਖਤਾ ਫਾਊਂਡੇਸ਼ਨਸ ਹੈ ਜਿਨ੍ਹਾਂ ਨੂੰ ਅਲਾਮ ਇਕਬਾਲ ਨੇ ਜਿਹੜਾ ਉਸ ਵਹਾਦਤ ਦੀ ਗੱਲ ਕੀਤੀ ਕਿ ਇੱਕ ਰੱਬ ਦੀ ਗੱਲ ਹੈ ਜਿਹੜੀ ਕਿ ਇਸਲਾਮ ਔਰ ਸਿੱਖੀ ਉਹਨੂੰ ਬੌਂਡ ਕਰਦੀ ਏ ਇਸ ਦੇ ਨਾਲ ਸਾਡਾ ਸੱਭਿਆਚਾਰ ਸਾਡਾ ਕਲਚਰ ਔਰ ਅੱਜ ਦੇ ਦੌਰ ਦੇ ਵਿੱਚ ਭਾਰਤ ਦੇ ਨਕਸ਼ੇ 'ਚ ਕੈਦ ਕਸ਼ਮੀਰੀ ਭਰਾ ਪੈਣਾ ਜਿਹੜੇ ਕਿ ਆਪਣੀ ਆਜ਼ਾਦੀ ਦੇ ਲਈ 1 ਲੱਖ ਤੋਂ ਜ਼ਿਆਦਾ ਉਹਨਾਂ ਨੇ ਕੁਰਬਾਨੀਆਂ ਕੀਤੀਆਂ ਨੇ ਜੀ ਸਿੱਖ ਪੰਜਾਬ ਦੇ ਵਿੱਚ ਜੂਝ ਰਹੇ ਨੇ ਔਰ ਸਾਡੇ ਇਤਿਹਾਸਕ ਗੁਰਦੁਆਰੇ ਜਿਹੜੇ ਪਾਕਿਸਤਾਨ ਦੇ ਵਿੱਚ ਨੇ ਜਿਵੇਂ ਅੱਜ ਉਹਨਾਂ ਦੀ ਸ਼ਾਮ ਸੰਭਾਲ ਦੇ ਲਈ ਜੀ ਕਿ ਇਸਲਾਮਿਕ ਮੁਲਕ ਹੋਣ ਦੇ ਬਾਵਜੂਦ ਪਾਕਿਸਤਾਨ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਔਰ ਜਿਸ ਕਿਸਮ ਦੀ ਮੁਹੱਬਤ ਔਰ ਪਿਆਰ ਉੱਥੇ ਗਏ ਸਿੱਖਾਂ ਨੂੰ ਮਿਲਦਾ ਹੈ ਪਿਛਲੇ ਦਿਨਾਂ ਚ ਮਹਾਰਾਜਾ ਰਣਜੀਤ ਸਿੰਘ ਦੀ ਵਰਸੀ ਸੀ 29 ਜੂਨ ਨੂੰ ਜੀ ਤੇ ਜਿਹੜੇ ਜਥਾ ਲੈ ਕੇ ਗਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦਾ ਇੰਚਾਰਜ ਨੇ ਗੁਰਿੰਦਰਜੀਤ ਸਿੰਘ ਥਰੂ ਪਿੰਡ ਤੋਂ ਸੋ ਉਹਨਾਂ ਨਾਲ ਟੀਵੀ 84 ਨਿਊਜ਼ ਤੇ ਇੰਟਰਵਿਊ ਮੈਂ ਦੇਖ ਰਿਹਾ ਸੀ ਜੀ ਉਹਨਾਂ ਨੇ ਕਿਹਾ ਜੀ ਜਿੰਨਾ ਪਿਆਰ ਉੱਥੇ ਗਿਆ ਸਾਨੂੰ ਮਿਲਦਾ ਸੀ ਦੱਸ ਨਹੀਂ ਸਕਦੇ ਸਾਡਾ ਉਥੋਂ ਆਉਣ ਨੂੰ ਜੀ ਨਹੀਂ ਸੀ ਕਰਦਾ ਸੋ ਇਹ ਕੁਦਰਤੀ ਹੈ ਕੋਈ ਦਿਖਾਵਾ ਨਹੀਂ ਹੈ ਇਹਦੇ ਵਿੱਚ ਕੋਈ ਪੋਲਿਟਿਕਲ ਸਟੇਟਮੈਂਟਾਂ ਨਹੀਂ ਨੇ ਸੋ ਮੈਂ ਸਮਝਦਾ ਕਿ ਅਸਦ ਜਾਵედ ਸਾਹਿਬ ਜੋ ਤੁਹਾਡੀਆਂ ਫੀਲਿੰਗਸ ਨੇ ਉਹੀ ਸਾਡੀਆਂ ਨੇ ਔਰ ਰੱਬ ਰਹਿਮਤ ਕਰੇ ਇਹ ਸਾਡੀ ਸਾਂਝ ਹੋਰ ਵੀ ਪੁਖਤਾ ਹੋਏ ਹੋਰ ਵੀ ਮਜ਼ਬੂਤ ਹੋਏ ਔਰ ਉਸ ਖਿੱਤੇ ਦੇ ਵਿੱਚ ਅਸੀਂ ਆਜ਼ਾਦੀ ਦਾ ਰੰਗ ਆਜ਼ਾਦੀ ਦਾ ਉਹ ਜਿਹੜਾ ਸਾਡਾ ਸੰਘਰਸ਼ ਹੈ ਸਿੱਖਾਂ ਦਾ ਖਾਲਸਾਤਾਨ ਦਾ ਉਸ ਨੂੰ ਅਸੀਂ ਹਾਸਲ ਕਰ ਸਕੀਏ ਆਪਣੇ ਮੁਕਾਮ ਜੀ ਡਾਕਟਰ ਸਾਹਿਬ ਤੁਹਾਨੂੰ ਇੱਕ ਛੋਟਾ ਜਿਹਾ ਬ੍ਰੇਕ ਈਮੇਲ ਦਾ سلسلہ ਇਸ ਤਰ੍ਹਾਂ ਹੀ ਜਾਰੀ ਰਹੇਗਾ ਮਿਲਦੇ ਆਫਟਰ ਦਿ ਸ਼ਾਰਟ ਬ੍ਰੇਕ